ਲੋਕ ਸਭਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੀ ਜਿੱਤ ਹੋਈ ਹੈ। ਤੁਸੀਂ ਦੇਖੋਗੇ ਕਿ ਤਸਵੀਰਾਂ ਇਸ ਵੇਲੇ ਕਾਊਂਟਿੰਗ ਸੈਂਟਰ ਦੇ ਬਾਹਰ ਦੀਆਂ ਹੈ, ਜਿੱਥੇ ਅਲੱਗ ਤਸਵੀਰਾਂ ਨਜ਼ਰ ਆ ਰਹੀਆਂ ਨੇ ਕਿ ਕਦੀ ਐਸੀ ਜਗ੍ਹਾ 'ਤੇ ਐਸੇ ਹੀ ਕਾਊਂਟਿੰਗ ਸੈਂਟਰ ਦੇ ਬਾਹਰ ਜਿਹੜੇ ਨੇ ਬਾਕੀ ਜਿਹੜੀ ਰਵਾਇਤੀ ਪਾਰਟੀਆਂ, ਚਾਹੇ ਉਹ ਕਾਂਗਰਸ ਹੈ ਜਾਂ ਅਕਾਲੀ ਦਲ ਹੈ, ਉਹਨਾਂ ਦੇ ਝੰਡੇ ਨਜ਼ਰ ਆਉਂਦੇ ਸੀ। ਲੇਕਿਨ ਅੱਜ ਤੁਸੀਂ ਦੇਖੋਗੇ ਕਿ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਝੰਡੇ ਨੇ, ਉਹਨਾਂ ਦੇ ਚੋਣ ਨਿਸ਼ਾਨ ਨਾਲ ਸੰਬੰਧਿਤ ਜਿਹੜੇ ਝੰਡੇ ਨੇ, ਉਹ ਹੱਥ 'ਚ ਫੜੇ ਜਿਹੜੇ ਨੌਜਵਾਨ ਤੁਹਾਨੂੰ ਇੱਥੇ ਦਿਖਾਈ ਦੇਣਗੇ। ਕੁਛ ਅਲੱਗ ਹੀ ਤਸਵੀਰਾਂ ਜਿਹੜੀਆਂ ਨੇ ਇਸ ਕਾਊਂਟਿੰਗ ਸੈਂਟਰ ਦੇ ਬਾਹਰ ਜਿਹੜੀਆਂ ਦਿਖਾਈ ਦੇ ਰਹੀਆਂ ਨੇ। ਤੁਸੀਂ ਦੇਖੋਗੇ ਕਿ ਇਹ ਸਾਰਾ ਜਿਹੜਾ ਏਰੀਆ ਹੈ ਪੂਰਾ ਦੂਰ ਦੂਰ ਤੱਕ, ਕਿਉਂਕਿ ਇਹ ਬਠਿੰਡਾ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਹੈ, ਉਹਦੇ ਉੱਪਰ ਹੀ ਜਿਹੜੇ ਨਾਲ ਸੰਬੰਧਿਤ ਜਿਹੜੇ ਇੱਕ ਨਿੱਜੀ ਕਾਲਜ ਸੀ ਉਹਨਾਂ ਦੇ ਉੱਪਰ ਕਾਊਂਟਿੰਗ ਸੈਂਟਰ ਬਣਾਏ ਗਏ ਸੀ। ਤਸਵੀਰਾਂ 'ਚ ਤੁਸੀਂ ਦੇਖੋਗੇ ਕਿ ਇੱਕ ਸਾਈਡ ਜਿਹੜੀ ਹੈ ਪੂਰੀ ਤਰ੍ਹਾਂ ਜਿਹੜੀ ਹੈ ਇੱਕ ਅਲੱਗ ਜੋਸ਼ ਅਲੱਗ ਰੰਗ 'ਚ ਦਿਖਾਈ ਦੇ ਰਹੀ ਹੈ। ਸਾਡੇ ਨਾਲ ਨੌਜਵਾਨ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਕਿਸ ਤਰ੍ਹਾਂ ਦੇਖਦੇ ਹੋ ਭਾਅ ਜੀ ਅੱਜ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਂਦੀਆਂ ਰਹਿਣਗੀਆਂ। ਅੱਜ ਸਾਰਾ ਪੰਥ ਜਿਹੜਾ ਮਾਝੇ ਦਾ ਪੰਥ ਸਾਰਾ ਇਕੱਠਾ ਹੋ ਗਿਆ ਇੱਥੇ ਤਰਨ ਤਾਰਨ ਦੀ ਧਰਤੀ ਉੱਤੇ, ਜਿਹੜਾ ਪਹੁੰਚ ਗਿਆ ਵਾ। ਜਿਹੜੀ ਇਹ ਖਡੂਰ ਸਾਹਿਬ ਹਲਕੇ ਦੀ ਜਿਹੜੀ ਸੀਟ ਸੀ, ਇਹ ਜਿਹੜੀ ਪੰਥ ਸੀਟ ਸੀ, ਇਹ ਜਿਹੜਾ ਇੱਕ ਮੱਥੇ 'ਤੇ ਜਿਹੜਾ ਕਲੰਕ ਲੱਗਾ ਸੀਗਾ ਸਾਡਾ ਜਿਹੜਾ, ਉਹ ਅੱਜ ਪੰਥ ਨੇ, ਉਹ ਗੁਰੂ ਪਾਤਸ਼ਾਹ ਨੇ ਜਿਹੜੀ ਮਿਹਰ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਜਿਤਾ ਕੇ ਉਹਨਾਂ ਦੀ ਝੋਲੀ ਵਿੱਚ ਪਾ ਕੇ ਉਹਨਾਂ ਦੀ ਸੀਟ ਜਿਹੜੀ ਦੇ ਦਿੱਤੀ ਆ ਜੀ। ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਵਾਂ ਵੀ ਇੱਥੋਂ ਜਿਹੜਾ ਪੈਦਲ ਮਾਰਚ ਚੱਲ ਕੇ ਦਰਬਾਰ ਸਾਹਿਬ ਜਾਣਾ ਵਾ। ਜਿਹੜੀ ਅੱਜ ਜਿਹੜੀ 6 ਜੂਨ ਦੀ ਜਿਹੜੀ ਸਾਡੀ ਸਿੱਖ ਜਿਹੜੇ ਸ਼ਹੀਦ ਹੋਏ ਨੇ, ਜਿਹੜੇ 6 ਜੂਨ ਨੂੰ ਜਿਹੜੀ ਅਕਾਲ ਤਖਤ ਸਾਹਿਬ 'ਤੇ, ਉਹਨਾਂ ਦੇ ਜਿਹੜੀ ਅੱਜ ਜਿਹੜੀ ਯਾਦ ਕਰਕੇ ਸਮਰਪਿਤ, ਉਹਨਾਂ ਨੂੰ ਜਿਹੜੀ ਅੱਜ ਜਿਹੜੀ ਜਿੱਤ ਨੂੰ ਜਿਹੜੀ ਸਮਰਪਿਤ ਕਰਕੇ ਅਸੀਂ ਅੱਜ ਜਿਹੜਾ ਪੈਦਲ ਮਾਰਚ ਕਰਕੇ ਅਸੀਂ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਪੁੱਜਾਂਗੇ ਅਸੀਂ, ਤਾਂ ਉਹਨਾਂ ਨੂੰ ਸਮਰਪਿਤ ਕਰਾਂਗੇ ਜੀ। ਜੀ ਬਿਲਕੁਲ, ਤੁਸੀਂ ਦੇਖੋਗੇ ਤਸਵੀਰਾਂ ਇੱਕ ਵੱਡਾ ਹਜੂਮ ਜਾਂ ਇੱਕ ਵੱਡਾ ਜੋਸ਼ ਦੇ ਨਾਲ ਤੁਸੀਂ ਦੇਖੋਗੇ ਕਿ ਨੌਜਵਾਨ ਜਿਹੜੇ ਨੇ ਇਸ ਹਾਈਵੇ ਦੇ ਉੱਪਰ ਤੁਰੇ ਜਾ ਰਹੇ ਨੇ, ਜਿਹੜੇ ਇੱਥੋਂ ਸ਼੍ਰੀ ਦਰਬਾਰ ਸਾਹਿਬ ਜਾਣਗੇ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉੱਥੇ ਜਾ ਕੇ ਨਤਮਸਤਕ ਹੋਣਗੇ। ਤਸਵੀਰਾਂ ਕੁਛ ਅਲੱਗ ਦਿਖਾਈ ਦੇ ਰਹੀਆਂ ਭਾਅ ਜੀ, ਕਿਸ ਤਰ੍ਹਾਂ ਦੇਖਦੇ ਹੋ, ਜਿੱਤ ਗੁਰੂ ਸਾਹਿਬ ਦੀ ਆ ਜੀ ਤੇ ਪੰਥ ਦੀ ਆ ਜਿੱਤ, ਠੀਕ ਹੈ। ਔਰ ਇਹ ਹੋਣੀ ਹੀ ਕਿਉਂਕਿ ਪੰਜਾਬ ਦਾ ਤੇ ਪੰਥ ਦਾ ਪੋਤੇ ਭਾਈ ਅੰਮ੍ਰਿਤਪਾਲ ਸਿੰਘ, ਤੇ ਮਹਾਰਾਜ ਦਾ ਸ਼ੁਕਰਾਨਾ ਮੈਂ ਚੜ੍ਹਦੀ ਕਲਾ ਕੀਤੀ ਆ ਜੀ। ਲੱਗਦਾ ਸੀ ਕਿ ਜਿਸ ਤਰ੍ਹਾਂ ਵਿਰੋਧੀ ਗੱਲਾਂ ਕਰਦੇ ਸੀ, ਕਈ ਚੀਜ਼ਾਂ ਅੱਗੇ ਸਾਹਮਣੇ ਆਉਂਦੀਆਂ ਸੀ, ਉਹ ਚੀਜ਼ ਲੱਗਦਾ ਕਿ ਨੌਜਵਾਨਾਂ ਨੇ ਇੱਕ ਵਨ ਸਾਈਡਡ ਦਿੱਤਾ। ਵਾਹਿਗੁਰੂ, ਇਹ ਪੰਥ ਦਾ ਕਾਰਜ ਹੀ ਭਾਈ ਸਾਹਿਬ ਨੇ ਪੰਥ ਦੇ ਕਾਰਜ ਕੀਤੇ ਆ, ਤੇ ਸੰਗਤ ਨੇ ਭਰਵਾਂ ਘਰ ਦਿੱਤਾ, ਤੇ ਗੁਰੂ ਸਾਹਿਬ ਨੇ ਮਿਹਰ ਭਰਿਆ ਹੱਥ ਰੱਖਿਆ, ਸਾਡੀ ਜਿੱਤ ਹੋਈ ਆ। ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ। ਨਸ਼ਿਆਂ ਦਾ ਮੁੱਦਾ ਜਿਹੜਾ ਇਸ ਹਲਕੇ 'ਚ ਕਾਫੀ ਦੇਖਣ ਨੂੰ ਮਿਲਿਆ ਸੀ, ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਕਿ ਜਿਹੜੇ ਨਸ਼ਿਆਂ ਦਾ ਮੁੱਦਾ ਹੈ ਉਹ ਹੁਣ ਹੱਲ ਹੋਏਗਾ? ਬਿਲਕੁਲ ਹੋਏਗਾ ਜੀ, ਨਸ਼ਿਆਂ ਦਾ ਮੁੱਦਾ ਜਿਹੜਾ ਹੱਲ ਹੁੰਦਾ, ਮੇਨ ਕਾਰਨ ਹੀ ਇੱਕ ਤੇ ਜਿਹੜੇ ਹਰ ਇੱਕ ਸਰਕਾਰ ਨਾਲ ਲੋਕ ਆ ਜਾਂਦੇ ਨੇ, ਪਹਿਲੇ ਚੱਲਦੇ ਅਗਲੀ 'ਚ ਆ ਗਏ, ਤੇ ਉਹੀ ਇੱਕ ਚੱਲਦਾ ਆ ਰਿਹਾ ਫਿਰ ਪੁਰਾਣਾ। ਜਦੋਂ ਇਹ ਬਿਲਕੁਲ ਹੀ ਧਿਆਨ ਨਾਲ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਪਿੰਡਾਂ ਦੇ ਵਿੱਚ ਜਿਹਨਾਂ ਬੂਥ ਲਾਏ ਉਹਨਾਂ ਨੌਜਵਾਨਾਂ ਨੂੰ ਅੱਗੇ ਲਿਆਉਣਗੇ, ਅਤੇ ਤਾਂ ਹੀ ਨਸ਼ਿਆਂ ਦਾ ਕਿਤੇ ਨਾ ਕਿਤੇ ਤਾਲਮੇਲ ਜਿਹੜਾ ਟੁੱਟ ਸਕਦਾ ਸਤਾਗਰਾਂ ਨਾਲੋਂ, ਨਹੀਂ ਤਾਂ ਕੋਈ ਬਦਲਾਅ ਨਹੀਂ ਆਏਗਾ। ਸਿਰਫ ਤੇ ਸਿਰਫ ਜਿਹੜਾ ਪਿੰਡਾਂ 'ਚ ਬੂਥਾਂ ਦੇ ਬੈਠੇ ਨੌਜਵਾਨ ਉਹਨਾਂ ਨੂੰ ਅੱਗੇ ਲੈ ਕੇ ਆਇਆ ਜਾਵੇ। ਜੀ ਬਿਲਕੁਲ, ਤੁਸੀਂ ਦੇਖੋ ਕਿ ਤੁਸੀਂ ਵੀ ਆਜ਼ਾਦ ਉਮੀਦਵਾਰ ਲੜਦੇ ਪਏ ਸੀ, ਲੇਕਿਨ ਅੱਜ ਤੁਸੀਂ ਸਮਰਥਨ ਦੇ ਕੇ ਨਾਲ ਤੁਰੇ ਹੋ। ਜੀ, ਮੈਂ ਵੀ ਇੱਕ ਮਿਸ਼ਨ ਚਲਾ ਰਿਹਾ ਵਾਂ, ਜੇ ਮਿਸ਼ਨ ਆਜ਼ਾਦ ਹੈਲਪ ਔਰਗਨਾਈਜੇਸ਼ਨ, ਸਾਡਾ ਇਹ ਫੌਜੀਆਂ ਦਾ ਜਿਹੜਾ ਮਿਸ਼ਨ ਹੈ, ਇਸ ਦੇ ਵਿੱਚ 15 ਤੋਂ 21-22 ਸਾਲ ਤੱਕ ਨੌਜਵਾਨਾਂ ਨੂੰ ਗਾਈਡ ਕਰਨਾ, ਨਸ਼ਿਆਂ ਦੇ ਜਿਹੜਾ 6ਵਾਂ ਦਰਿਆ ਵਾ ਉਹਦੇ ਵਿੱਚ ਨਾ ਜਾਣ, ਤਾਂ ਕਿ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ। ਅਤੇ ਸੇਮ ਹੀ ਉਹਨਾਂ ਦਾ ਮੁੱਦਾ ਵੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਬਹੁਤ ਵਧੀਆ ਹੈ ਕਿ ਨੌਜਵਾਨੀ ਜਿਹੜੀ ਆ ਨਸ਼ੇ ਦੇ 6ਵੇਂ ਦਰਿਆ ਦੇ ਵਿੱਚ ਜਾ ਰਹੀ ਹੈ, ਕਿਤੇ ਨਾ ਕਿਤੇ ਉਹਨਾਂ ਨੂੰ ਬਚਾਇਆ ਜਾ ਸਕੇ।
ਜੀ ਬਿਲਕੁਲ, ਵਿਰਸਾ ਸਿੰਘ ਬਲਟੋਹਾ ਨੇ ਇਲੈਕਸ਼ਨ 'ਚ ਕਿਹਾ ਸੀ ਜਦੋਂ ਚੋਣ ਵਾਲਾ ਦਿਨ ਸੀ, ਉਹ ਕਹਿੰਦੇ ਸੀ ਅੰਮ੍ਰਿਤਪਾਲ ਦੇ ਬੂਥ ਨਹੀਂ ਲੱਗ ਰਹੇ, ਠੁੱਸ ਹੋ ਗਿਆ। ਦੇਖੋ ਜੀ, ਜਿਹੜਾ ਅੱਜ 4 ਜੂਨ ਆ, 4 ਜੂਨ ਦੇ ਵਿੱਚ ਜਦੋਂ ਵਿਰਸਾ ਸਿੰਘ ਬਲਟੋਹਾ ਨੇ ਦੋਵੇਂ ਬਾਹਾਂ ਖੜੀਆਂ ਕਰਕੇ ਜਿਹੜੇ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਨਿਕਲੇ ਨੇ, ਅੱਜ ਵੀ 4 ਜੂਨ ਆ, 4 ਜੂਨ ਦੇ ਦਿਨ ਵਿੱਚ ਵਿਰਸਾ ਸਿੰਘ ਦੀ ਬਾਹਾਂ 'ਚ ਫਿਰ ਕੌਮ ਨੇ ਫਿਰ ਖੜੀਆਂ ਕਰਾ ਦਿੱਤੀਆਂ ਵਾ। ਜਿਹੜੇ ਇਹ ਪੰਥਕ ਜਿਹੜੇ ਦੁਖੀ ਨੇ, ਇਹ ਅੱਜ ਦੱਸਤਾ ਵਾ, ਜਿਹੜੀ ਸੰਗਤ ਆ ਉਹ ਬੜੀ ਬਲਵਾਨ ਹੁੰਦੀ ਆ ਜੀ, ਉਹਨਾਂ ਨੇ ਦੱਸਤਾ ਵਾ ਜਿਹੜੀ ਕੌਮ ਨੂੰ ਇਹ ਜਿਹੜੀ ਸੀਟ ਜਿਤਾ ਕੇ ਉਹ ਝੋਲੀ 'ਚ ਪਾ ਦਿੱਤੀ ਹੈ ਜੀ। ਜੀ ਬਿਲਕੁਲ, ਤਸਵੀਰਾਂ ਤੁਸੀਂ ਦੇਖੋਗੇ ਕਿ ਹਾਈਵੇ ਦੀਆਂ ਜਿੱਥੇ ਦੋਵੇਂ ਪਾਸੇ ਜਿਹੜੀਆਂ ਨੇ ਗੱਡੀਆਂ ਜਿਹੜੇ ਅੰਮ੍ਰਿਤਪਾਲ ਦੇ ਉਹਨਾਂ ਦੇ ਸਮਰਥਕਾਂ ਦੀਆਂ ਜਾਂ ਉਹਨਾਂ ਨੂੰ ਚਾਹਣ ਵਾਲੇ ਜਿਹੜੇ ਉਹਨਾਂ ਦੇ ਨਜ਼ਦੀਕੀ ਸੀ ਜਾਂ ਉਹਨਾਂ ਨੂੰ ਚਾਹਣ ਵਾਲੇ ਸੀ, ਉਹਨਾਂ ਦੀ ਤਸਵੀਰਾਂ ਤੁਸੀਂ ਦੇਖੋ ਕਿ ਹਰ ਪਾਸੇ ਜਿਹੜੇ ਨੇ ਫਤਿਹ ਫਤਿਹ ਦੇ ਨਾਰੇ ਜਿਹੜੇ ਗੂੰਜਦੇ ਦਿਖਾਈ ਦੇ ਰਹੇ ਨੇ, ਅਤੇ ਉਸ ਤੋਂ ਬਾਅਦ ਹੱਥਾਂ 'ਚ ਬੈਨਰਸ ਲੈ ਕੇ ਜਿਹੜੇ ਇੱਥੋਂ ਦੇ ਨੌਜਵਾਨ ਨੇ ਜਾਂ ਉਹਨਾਂ ਦੇ ਸਮਰਥਕ ਨੇ ਇੱਥੋਂ ਦੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਜਾਣਗੇ। ਭਾਈ ਮਨਜੀਤ ਸਿੰਘ ਉਹਨਾਂ ਦੇ ਜਿਹੜੇ ਬੇਟੇ ਨੇ ਚੜ੍ਹਤ ਸਿੰਘ, ਉਹ ਵੀ ਮੌਜੂਦ ਨੇ। ਜਿਹੜੀ ਇਹ ਇੱਕ ਯਾਤਰਾ ਜਿਹੜੀ ਹੈ ਇੱਥੋਂ ਸ਼ਹੀਦਾਂ ਨੂੰ ਸਮਰਪਿਤ ਜਿਹੜੀ ਹੈ, ਕਾਊਂਟਿੰਗ ਸੈਂਟਰ ਤੋਂ ਸ਼ੁਰੂ ਹੋ ਕੇ ਜਿਹੜੀ ਹੈ ਸ਼੍ਰੀ ਦਰਬਾਰ ਸਾਹਿਬ ਵੱਲ ਮੂਵ ਹੋਈ ਹੈ। ਇਹਦੇ ਵਿੱਚ ਵੱਡੀ ਗਿਣਤੀ 'ਚ ਪੰਥਕ ਚਿਹਰੇ ਦਿਖਾਈ ਦੇ ਰਹੇ ਨੇ, ਜਿਹੜੇ ਇਸ ਤੋਂ ਇਲਾਵਾ ਨੌਜਵਾਨ ਕਾਫੀ ਇਸ ਜਿਹੜੀ ਹੈ ਯਾਤਰਾ ਵਿੱਚ ਦਿਖਾਈ ਦੇ ਰਹੇ ਨੇ। ਹਾਲਾਂਕਿ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਉਹਨਾਂ ਦੇ ਮਾਤਾ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦਾ ਜਸ਼ਨ ਨਾ ਮਨਾਇਆ ਜਾਏ ਫਿਲਹਾਲ, ਕਿਉਂਕਿ ਸ਼ਹੀਦੀ ਦਿਨ ਚੱਲਦੇ ਪਏ ਨੇ। ਜਿਹੜੇ ਹਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਜਿਹੜੇ ਅੱਜ ਜਿਹੜਾ ਆਰੰਭ ਕਰਵਾਏ ਗਏ ਨੇ, ਲੇਕਿਨ ਉਹਦੀ ਜਿਹੜੀ ਭੋਗ ਹੈ 6 ਜੂਨ ਨੂੰ ਪਾਏ ਜਾਣਗੇ। ਉਸ ਤੋਂ ਬਾਅਦ ਜਿਹੜੇ ਨੇ ਇਸ ਤਰ੍ਹਾਂ ਦੇ ਅੱਗੇ ਜਿਹੜੀ ਖੁਸ਼ੀ ਮਨਾਈ ਜਾ ਸਕਦੀ ਹੈ। ਲੇਕਿਨ ਤੁਸੀਂ ਤਸਵੀਰਾਂ ਇੱਕ ਵਾਰੀ ਦੇਖੋਗੇ ਕਿ ਕਿਸ ਤਰ੍ਹਾਂ ਇੱਕ ਵੱਡਾ ਹਜੂਮ ਜਾਂ ਇੱਕ ਵੱਡੇ ਸਮਰਥਕ ਨੇ ਉਹ ਇੱਥੋਂ ਨਿਕਲ ਕੇ ਜਿਹੜੇ ਨੇ ਦਰਬਾਰ ਸਾਹਿਬ ਵੱਲ ਨਤਮਸਤਕ ਹੋਣ ਵਾਸਤੇ ਜਾ ਰਹੇ ਨੇ। ਮਨੀਸ਼ ਸ਼ਰਮਾ, ਪੰਜਾਬ ਤੱਕ, ਤਰਨ ਤਾਰਨ।